ਜਿੱਦਾਂ ਹੀ ਦੀਵਾਲੀ ਅਤੇ ਦੁਸਹਿਰਾ ਨਿਕਲਿਆ ਉਸੇ ਤਰ੍ਹਾਂ ਹੀ ਹੁਣ ਮਾਹਰਾਂ ਨੇ ਖਦਸ਼ੇ ਜਤਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੀ ਹੁਣ ਸੈਕਿੰਡ ਵੇਵ ਆਉਣ ਵਾਲੀ ਹੈ ਅਤੇ ਲੋਕਾਂ ਨੂੰ ਸੁਚੇਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਸਰਕਾਰ ਵੀ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਵੱਖ ਵੱਖ ਉਪਰਾਲੇ ਕਰ ਰਹੀ ਹੈ ਅਤੇ ਜਿਸ ਦੇ ਤਹਿਤ ਅੱਜ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਲੁਧਿਆਣਾ ਦੇ ਸਿਵਲ ਸਰਜਨ ਅਤੇ ਡਿਪਟੀ ਕਮਿਸ਼ਨਰ ਤੇ ਵਿਧਾਇਕ ਵੀ ਮੌਜੂਦ ਸਨ ਤੇ ਕੋਰੋਨਾ ਦੀ ਸੈਕਿੰਡ ਵੇਵ ਤੋਂ ਬਚਣ ਲਈ ਲੁਧਿਆਣਾ ਸ਼ਹਿਰ ਦੇ ਵਿੱਚ ਕੀ ਤਿਆਰੀਆਂ ਨੇ ਉਸ ਦਾ ਜਾਇਜ਼ਾ ਕੀਤਾ ਗਿਆ ਅਤੇ ਜਿਸ ਦੇ ਵਿੱਚ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਅਤੇ ਸਿਵਲ ਸਰਜਨ ਦਾ ਕਹਿਣਾ ਸੀ ਕਿ ਲੁਧਿਆਣਾ ਦੇ ਵਿੱਚ ਕੋਰੋਨਾ ਦੀ ਸੈਕਿੰਡ ਵੇਵ ਤੋਂ ਬਚਣ ਵਾਸਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਨੇ। ਜੋ ਗਲਤੀਆਂ ਪਿਛਲੀ ਵਾਰ ਹੋਈਆਂ ਸੀ ਉਹ ਐਤਕੀ ਨਹੀਂ ਹੋਣਗੀਆਂ। ਹੋਰ ਕੀ ਕਿਹਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਸਿਵਲ ਸਰਜਨ ਰਜੇਸ਼ ਬੱਗਾ ਨੇ ਤੁਸੀਂ ਵੀ ਸੁਣੋ। ਆਪਾਂ ਸਾਰੇ ਮਾਸਕ ਪਾ ਕੇ ਰੱਖੀਏ, ਖਾਸ ਕਰ ਦੀਵਾਲੀ ਤੋਂ ਬਾਅਦ ਅਗਲੇ 15-20 ਦਿਨ ਹੈਗੀ ਆ, 5 ਦਸੰਬਰ ਤੱਕ ਬੜਾ ਕਰੂਸ਼ੀਅਲ ਟਾਈਮ ਹੈ। ਇਸ ਸਮੇਂ ਦੌਰਾਨ ਸੰਖਿਆ ਵੱਧ ਸਕਦੀ ਹੈ, ਆਪਣੀ ਖਰੀਦ ਜਿਹੜੀ ਹੈਗੀ ਹੈ ਉਹ ਵੀ ਹੋਈ ਹੈ, ਮੰਡੀਆਂ 'ਚ ਵੀ ਲੋਕਾਂ ਦੀ ਬਹੁਤ ਆਮਦੋ ਰਫਤ ਹੋਈ ਹੈ ਔਰ ਬਾਜ਼ਾਰਾਂ ਦੇ ਵਿੱਚ ਲੋਕਾਂ ਨੇ ਖਰੀਦਦਾਰੀ ਕੀਤੀ ਹੈ। ਪਰ ਇਹ ਸਾਰੇ 'ਚੋਂ ਇੱਕ ਚੰਗੀ ਗੱਲ ਵੀ ਹੈ, ਇਹ 'ਚ ਮਤਲਬ ਸਾਰੀ ਗੱਲ ਕੋਈ ਇਸ ਤਰ੍ਹਾਂ ਨਹੀਂ ਵੀ ਨੈਗੇਟਿਵ ਹੀ ਹੈ। ਪੋਜ਼ਿਟਿਵ ਗੱਲ ਜਿਹੜੀ ਹੈਗੀ ਆ ਉਹ ਇਹ ਹੈ ਦੇਖਣ ਵਾਲੀ ਕਿ ਬਾਜ਼ਾਰਾਂ 'ਚ ਖਰੀਦਦਾਰੀ ਬੜੀ ਅੱਛੀ ਹੋਈ ਹੈ, ਸਰਦੀ ਇਸ ਵਾਰ ਪਹਿਲਾਂ ਆ ਗਈ ਹੈ, ਹੌਜ਼ਰੀ ਦਾ ਵੀ ਰਿਸਪੋਂਸ ਅੱਛਾ ਰਿਹਾ ਹੈਗਾ, ਲੋਹੇ ਦੇ ਸਮਾਨ ਦੀ ਵੀ ਡਿਮਾਂਡ ਆਈ ਹੈ। ਸੋ ਇੱਕ ਸਨਅਤੀ ਸ਼ਹਿਰ ਦੇ ਵਿੱਚ ਹੋਣ ਦੇ ਨਾਤੇ ਸਿਹਤ ਸੁਵਿਧਾਵਾਂ ਦਾ, ਲੋਕਾਂ ਦੀ ਜਾਨ ਦਾ ਇਹ ਸਾਰਾ ਧਿਆਨ ਰੱਖਣਾ, ਉਹਦੇ ਨਾਲੋਂ ਨਾਲ ਜਿਹੜਾ ਇਕਨੋਮਿਕ ਵੈਲਫੇਅਰ ਹੈ ਲੋਕਾਂ ਦਾ ਉਹ ਵੀ ਜ਼ਰੂਰੀ ਹੈ। ਪਰ ਸਰਕਾਰ ਇਸ 'ਚ ਬੜੀ ਅੱਛੀ ਤਰ੍ਹਾਂ ਕਾਮਯਾਬ ਹੋਈ ਹੈ। ਹੁਣ ਥੋੜ੍ਹਾ ਜਿਹਾ ਇਹ ਹੈਗਾ ਕਿ ਆਵਾਜਾਈ ਦੇ ਸਾਧਨ ਨਾ ਹੋਣ ਕਰਕੇ ਉਨਾ ਸਮਾਨ ਨਹੀਂ ਨਿਕਲ ਰਿਹਾ, ਪਰ ਜਿਹੜੇ ਛੋਟੇ ਵਪਾਰੀ ਨੇ ਔਰ ਟਰੱਕਾਂ ਰਾਹੀਂ ਜਿਹੜਾ ਸਮਾਨ ਜਾਣਾ ਉਹ ਜਾ ਕੇ ਲੁਧਿਆਣੇ 'ਚ, ਓਵਰਆਲ ਸਥਿਤੀ ਬੜੀ ਅੱਛੀ ਹੈ, ਲੋਕ ਖੁਸ਼ ਨੇ, ਆਬੋ ਹਵਾ ਵੀ ਸਾਫ਼ ਹੈ, ਜਿੱਦਾਂ ਦਾ ਮੂੰਹ ਪਿਆ ਹੈਗਾ ਸਾਰਾ ਕੁਛ ਠੀਕ ਹੈ। ਸਰ ਦਿੱਲੀ ਲੁਧਿਆਣੇ ਤੋਂ ਦਿੱਲੀ ਦੇ ਵਿੱਚ ਕਾਫ਼ੀ ਲੋਕ ਮੂਵ ਹੁੰਦੇ ਆ, ਵਪਾਰੀ ਵੀ ਬਹੁਤ ਆਉਣ ਜਾਣ ਲੱਗਾ ਰਹਿੰਦਾ, ਅਤੇ ਦਿੱਲੀ ਤੋਂ ਆਉਣ ਵਾਲਿਆਂ ਵਾਸਤੇ ਕੁਛ ਸਪੈਸ਼ਲ ਲੁਧਿਆਣੇ ਵਿੱਚ? ਨਹੀਂ, ਇਸ ਤਰ੍ਹਾਂ ਦੀ ਕੋਈ ਸਪੈਸ਼ਲ ਇਸ ਤਰ੍ਹਾਂ ਦੀ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਲੋਕਾਂ ਨੂੰ ਇਹੀ ਹੈ ਵੀ ਮਾਸਕ ਪਾ ਕੇ ਰੱਖੋ, ਆਪਦਾ ਧਿਆਨ ਰੱਖੋ। ਨਹੀਂ, ਸਾਡੇ ਜ਼ਿਲ੍ਹੇ 'ਚ ਦੱਸੋ ਕਿਤੇ ਕੋਈ ਇਕੱਠ ਨਹੀਂ ਹੈਗਾ, ਆਪਣੇ ਲੁਧਿਆਣੇ 'ਚ ਤਾਂ ਕਿਤੇ ਕੋਈ ਇਕੱਠ ਨਹੀਂ ਹੈ। ਅਸੀਂ ਉਹਨਾਂ ਨੂੰ ਪਹਿਲਾਂ ਵੀ ਮਾਸਕਾਂ ਵੀ ਵੰਡੀਆਂ ਸੀ, ਅਪੀਲ ਵੀ ਕੀਤੀ ਸੀ, ਔਰ ਸਾਰੇ ਕਿਸਾਨ ਵੀਰ ਇਹਦਾ ਧਿਆਨ ਰੱਖ ਰਹੇ, ਆਪਣੀ ਕਿਤੇ ਕੋਈ ਮੇਜਰ ਇਕੱਠ ਹੈ। ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ 107 ਵੈਲਨੈਸ ਕਲੀਨਿਕਸ ਜਿਹੜੇ ਹੈਗੇ ਨੇ ਪੂਰੇ ਪੰਜਾਬ ਦੇ ਵਿੱਚ, ਉਹਨਾਂ ਦਾ ਜਿਹੜਾ ਹੈਗਾ ਉਦਘਾਟਨ ਕੀਤਾ ਗਿਆ, ਔਰ ਇਹਦੇ ਨਾਲੋਂ ਨਾਲ ਜਿਹੜੇ ਵੀ ਸਾਡੇ ਕਰੋਨਾ ਵਾਰੀਅਰਸ ਨੇ ਉਹਨਾਂ ਨੂੰ ਸ਼ਾਬਾਸ਼ੀ ਦਿੱਤੀ ਗਈ ਹੈ। ਸਿਹਤ ਵਿਭਾਗ ਨੇ ਪਿਛਲੇ 9 ਮਹੀਨਿਆਂ ਦੌਰਾਨ ਬਹੁਤ ਅੱਛਾ ਕੰਮ ਕੀਤਾ, ਜਿਹਦੀ ਕੋਈ ਮਿਸਾਲ ਨਹੀਂ ਹੈ। ਸੈਕਿੰਡ ਵੇਵ ਜਿਹੜੀ ਹੈਗੀ ਹੈ, ਕਿਉਂਕਿ ਦੀਵਾਲੀ, ਦੁਸਹਿਰਾ ਸਾਰੇ ਤਿਉਹਾਰ ਆਏ, ਲੋਕਾਂ ਦਾ ਮੇਲ ਜੋਲ ਬਹੁਤ ਹੋਇਆ, ਉਸ ਕਰਕੇ ਇਨਫੈਕਸ਼ਨ ਦਾ ਡਰ ਹੈ। ਬਟ ਇਸ 'ਚ ਬਚਾਅ ਸਿਰਫ ਇੱਕੋ ਹੀ ਹੈ, ਜਦ ਤੱਕ ਵੈਕਸੀਨ ਨਹੀਂ ਆਉਂਦੀ ਕਿ ਆਪਾਂ ਮਾਸਕ ਪਹਿਨ ਕੇ ਰੱਖੀਏ। ਲੁਧਿਆਣੇ ਦੇ ਲੋਕ ਬੜੇ ਸੂਝਵਾਨ ਨੇ, ਬਹੁਤੇ ਲੋਕਾਂ ਨੇ, ਅਸੀਂ ਪਿੱਛੇ ਸਰਵੇ ਕਰਾਇਆ ਸੀ, 65-70% ਲੋਕ ਹੈ ਜਿਹੜੇ ਮਾਸਕ ਦਾ ਪ੍ਰਯੋਗ ਕਰ ਰਹੇ ਆ, ਉਸ ਕਰਕੇ ਅਸੀਂ ਬਚੇ ਹੋਏ ਹਾਂ। ਨੰਬਰ ਆਫ ਕੇਸਿਸ ਵੱਧ ਰਹੇ ਆ, ਪਰ ਉਹ ਇੰਨੇ ਨਹੀਂ ਵਧੇ ਕਿ ਅਸੀਂ ਮੈਨੇਜ ਨਾ ਕਰ ਸਕੀਏ। ਸਾਡੇ ਪ੍ਰਬੰਧ ਪੂਰੇ ਨੇ, ਪ੍ਰਾਈਵੇਟ ਹੋਸਪਿਟਲ ਦੇ ਨਾਲ ਵੀ ਅਸੀਂ ਮੀਟਿੰਗ ਲਿੱਤੀ ਹੈ, ਰਿਲੀਜੀਅਸ ਲੀਡਰਸ ਨਾਲ ਵੀ ਮੀਟਿੰਗ ਲਿੱਤੀ ਹੈ, ਪਰ ਹੁਣ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਦੀ ਔਰ ਆਪਦੀ ਜਾਨ ਦੀ ਔਰ ਆਪਦੇ ਪਰਿਵਾਰ ਦੀ ਜ਼ਿੰਮੇਵਾਰੀ ਸਮਝਦੇ ਹੋਏ ਆਪਣਾ ਪੂਰਾ ਇਤਿਹਾਸ ਰੱਖਣ। ਸਰ, ਜਿਵੇਂ ਪਿਛਲੇ ਪਹਿਲਾਂ ਸੈਂਟਰਸ ਬਣਾਏ ਸੀਗੇ, ਉਹ ਬਾਅਦ 'ਚੋਂ ਬੰਦ ਕਰ ਦਿੱਤੇ ਗਏ ਸੀਗੇ ਜਾਂ ਉਹਨਾਂ ਨੂੰ ਸ਼ਟਡਾਊਨ ਕਰ ਦਿੱਤਾ ਗਿਆ ਸੀਗਾ, ਉਹਦੇ ਸੰਬੰਧੀ ਵੀ ਕੋਈ ਨਵੀਂ ਚੱਲਦੀ ਹੈ ਕਿ? ਦੇਖੋ, ਫਿਲਹਾਲ ਜਿੰਨੀ ਸੰਖਿਆ ਆਈ ਹੈ ਪੂਰੇ ਜ਼ਿਲ੍ਹੇ ਦੇ ਵਿੱਚ, ਸਿਰਫ 19 ਮਰੀਜ਼ ਨੇ ਸਰਕਾਰੀ ਹਸਪਤਾਲਾਂ 'ਚ, ਅਤੇ ਸਾਡੇ ਕੋਲ ਇਕੱਲਾ ਸਿਵਲ ਹਸਪਤਾਲ ਹੈ ਜਿਹੜਾ, ਇੱਥੇ ਹੀ ਅਸੀਂ 150 ਤੱਕ ਰੱਖ ਸਕਦੇ ਹਾਂ। ਸਿਰ ਕਿ ਇਕੱਲਾ ਸਿਵਲ ਹਸਪਤਾਲ ਜਿਹੜਾ ਲੁਧਿਆਣਾ ਹੈਗਾ, ਉੱਥੇ ਹੀ ਅਸੀਂ ਮਰੀਜ਼ ਰੱਖ ਰਹੇ ਹਾਂ। ਜੇ ਸੰਖਿਆ ਇਸ ਤੋਂ ਜ਼ਿਆਦਾ ਵੱਧਦੀ ਹੈ ਤਾਂ ਸਾਡੇ ਕੋਲ ਹੋਰ ਜਿਹੜੇ ਸਾਰੇ ਹਸਪਤਾਲ ਤਾਂ ਆਪਦੀ ਜਗ੍ਹਾ ਹੀ ਖੜ੍ਹੇ ਆ, ਵਰਧਮਾਨ ਹਸਪਤਾਲ ਵੀ ਆਪਦੀ ਜਗ੍ਹਾ ਹੈ, ਜਗਰਾਉਂ ਵਾਲਾ ਵੀ, ਕੁਲਾਰ ਵਾਲਾ ਵੀ, ਖੰਨੇ ਵਾਲਾ ਵੀ, ਮੈਰੀਟੋਰੀਆ ਸਕੂਲ ਵੀ, ਜੇ ਸਾਨੂੰ ਲੋੜ ਪਊਗੀ ਅਸੀਂ ਖੋਲ੍ਹਾਂਗੇ। ਬਟ ਫਿਲਹਾਲ ਸਰਕਾਰੀ ਤੌਰ 'ਤੇ ਸਿਵਲ ਹਸਪਿਟਲ, ਉੱਥੇ ਸਿਰਫ 19 ਮਰੀਜ਼ ਨੇ। ਪ੍ਰਾਈਵੇਟ ਹਸਪਤਾਲ ਸਾਰੇ ਮਿਲਾ ਕੇ ਲੁਧਿਆਣੇ ਜ਼ਿਲ੍ਹੇ ਦੇ 82 ਮਰੀਜ਼ ਅੱਜ ਦੀ ਡੇਟ 'ਚ ਦਾਖਲ ਨੇ, ਜੋ ਕਿ ਇੱਕ ਵਾਰੀ ਘੱਟ ਕੇ 30 ਰਹਿ ਗਏ ਸੀ, 30 ਤੋਂ 82 ਹੋਏ ਆ, ਥੋੜ੍ਹੇ ਜਿਹੇ ਵਧੇ ਆ ਤਿਉਹਾਰਾਂ ਤੋਂ ਬਾਅਦ। ਪਰ ਜੇ ਲੋਕ ਮਾਸਕ ਵਗੈਰਾ ਪਾ ਕੇ ਰੱਖਣਗੇ, ਅਸੀਂ ਕਿਸੇ ਟਾਈਮ 'ਤੇ 1100-1200 ਤੱਕ ਪਹੁੰਚ ਗਏ ਸੀਗੇ। ਮੈਂ ਇਹੀ ਪਰਮਾਤਮਾ ਤੋਂ ਦੁਆ ਵੀ ਕਰਦਾ ਔਰ ਲੋਕਾਂ ਨੂੰ ਤਾਕੀਦ ਵੀ ਕਰਦਾ ਕਿ ਆਪਦਾ ਧਿਆਨ ਰੱਖਣ, ਤਾਂ ਕਿ ਅਸੀਂ ਉਸ ਨੌਬਤ 'ਤੇ ਦੁਬਾਰਾ ਨਾ ਜਾਈਏ। ਸਾਡੇ ਹਸਪਤਾਲ ਦੇ ਵਿੱਚ ਇੱਕ ਪੂਰਾ ਦਾ ਪੂਰਾ ਸਟੋਰੇ, ਫਸਟ ਸਟੋਰੇ ਕੋਵਿਡ ਵਾਸਤੇ ਬਣਾਈ ਗਈ ਹੈ, ਜਿਹਦੇ ਵਿੱਚ ਸਾਡੇ 62 ਬੈੱਡਸ ਨੇ। ਇਹਨਾਂ ਦੇ ਵਿੱਚ ਸਾਡੇ ਕੋਲ 18 ਵੈਂਟੀਲੇਟਰ ਲੱਗੇ ਹੋਏ ਨੇ, HFNO ਨੇ ਸਾਡੇ ਕੋਲ, 8 HFNO ਨੇ। ਇਸ ਤੋਂ ਇਲਾਵਾ ਸਾਡੇ ਕੋਲ ਬਾਈਪੈਪ ਮਸ਼ੀਨਾਂ ਨੇ, ਅਤੇ ਸਾਡੇ ਕੋਲ ICU ਬੈੱਡਸ ਐਂਡ ਸੈਂਟਰਲ ਆਕਸੀਜਨ ਸਪਲਾਈ ਬੈੱਡ ਉਪਲਬਧ ਨੇ, ਅਤੇ ਸਾਡਾ ਜਿਹੜਾ ਕੋਵਿਡ ਦਾ ICU ਅਤੇ ਵੈਂਟੀਲੇਟਰ ਉਹ ਫੰਕਸ਼ਨਲ ਹੈ।
ਸਾਡੇ ਡਾਕਟਰ ਸਾਹਿਬਾਨ ਪੂਰੇ ਤਿਆਰ ਨੇ ਅਤੇ ਇਸ ਵੇਲੇ ਕਿਉਂਕਿ ਨੰਬਰ ਆਫ ਪੇਸ਼ੈਂਟ ਵਧੇ ਜ਼ਰੂਰ ਆ ਓਪੀਡੀ ਜਿਹੜੇ ਪੋਜ਼ੀਟਿਵ ਕੇਸ ਪਰ ਜਿਹੜੇ ਸਾਡੀਆਂ ਐਮਰਜੈਂਸੀ ਸੇਵਾਵਾਂ ਨੇ ਉਹਦੇ ਵਿੱਚ ਦੇਖਿਆ ਗਿਆ ਵੀ ਇੱਕ ਦੋ ਹੀ ਪੇਸ਼ੈਂਟ ਆ ਰਹੇ ਨੇ ਕੋਈ ਜ਼ਿਆਦਾ ਨਹੀਂ ਆ ਰਹੇ ਇਸ ਵੇਲੇ ਵੀ ਸਾਡੇ ਕੋਲ ਟੋਟਲ 19 ਮਰੀਜ਼ ਨੇ ਕਿਸ ਤਰ੍ਹਾਂ ਦੀ ਮੈਡੀਸਿਨ ਘਰ ਰੱਖਣੀ ਚਾਹੀਦੀ ਹੈ ਜੀ ਇਸ ਤੋਂ ਬਚਾਅ ਦੇ ਲਈ ਇਹਨਾਂ ਚੀਜ਼ਾਂ ਦੇ ਬਚਾਅ ਦੇ ਲਈ ਆਪਣੀ ਮਰਜ਼ੀ ਨਾਲ ਕੋਈ ਦਵਾਈ ਨਹੀਂ ਖਾਣੀ ਚਾਹੀਦੀ ਸਿਹਤ ਸੰਸਥਾ ਨੇੜੇ ਦੀ ਸਿਹਤ ਸੰਸਥਾ 'ਤੇ ਜਾ ਕੇ ਕੰਸਲਟ ਕਰਕੇ ਹੀ ਦਵਾਈ ਲੈਣੀ ਚਾਹੀਦੀ ਹੈ ਜਿਹੜੇ ਕੋਵਿਡ ਪੇਸ਼ੈਂਟ ਆਉਂਦੇ ਨੇ ਉਹਨਾਂ ਨੂੰ ਹੋਮ ਆਈਸੋਲੇਸ਼ਨ ਕਰਕੇ ਉਹਨੂੰ ਕੋਵਿਡ ਕੇਅਰ ਕਿੱਟ ਪ੍ਰੋਵਾਈਡ ਕੀਤੀ ਜਾਂਦੀ ਹੈ ਇਹ ਪੰਜਾਬ ਸਰਕਾਰ ਵੱਲੋਂ ਫ੍ਰੀ ਕਿੱਟ ਦਿੱਤੀ ਪ੍ਰਾਈਵੇਟ ਹਸਪੀਟਲਾਂ ਨੇ ਕਈ ਮੋਟੇ ਬਿੱਲ ਬਣਾਏ ਸੀ ਜਿਹੜੇ ਕਰੋਨਾ ਪੇਸ਼ੈਂਟ ਸੀ ਉਹਦੀ ਆੜ ਦੇ ਵਿੱਚ ਨਹੀਂ ਜੀ ਕੇਕੇ ਤਲਵਾੜ ਕਮੇਟੀ ਵੱਲੋਂ ਰਿਕਮੈਂਡਡ ਬਿੱਲਸ ਨੇ ਉਹ ਤੋਂ ਬਾਅਦ ਕੋਈ ਆਪਾਂ ਨਹੀਂ ਲੈ ਸਕਦੇ ਸਰ ਪਿਛਲੀ ਵਾਰ ਜਿੱਦਾਂ ਦੇਖਣ ਮਿਲੇ ਜੋ ਕੇਸ ਹੋਏ ਸੀ ਤਾਂ ਕਾਫੀ ਹਸਪੀਟਲਾਂ ਵਿੱਚ ਬੈੱਡ ਨਹੀਂ ਮਿਲੇ ਸੀ ਪੇਸ਼ੈਂਟਾਂ ਨੂੰ ਉਹ ਅਸਕ ਪੂਰੀ ਤਿਆਰੀ ਹੈ ਜੀ ਪੂਰੀ ਤਿਆਰੀ ਕਿਸੇ ਕਿਸਮ ਦੀ ਦਿੱਕਤ ਨਹੀਂ ਆਏਗੀ ਪਿਛਲੀ ਵਾਰੀ ਅਸੀਂ ਪ੍ਰੈਪਰੇਟਰੀ ਫੇਜ਼ 'ਚ ਸੀਗੇ ਉਹ ਵੀ ਇੱਕ ਜਾਂ ਦੋ ਦਿਨ ਇਹੋ ਜਿਹੀ ਪ੍ਰੋਬਲਮ ਆਈ ਹੈ ਉਸ ਤੋਂ ਬਾਅਦ ਅਸੀਂ ਜੰਗੀ ਪੱਧਰ 'ਤੇ ਸਾਡੇ ਕੋਲ ਇਸ ਵੇਲੇ 147 ਵੈਂਟੀਲੇਟਰ ਨੇ ਇਸ ਵੇਲੇ ਲੁਧਿਆਣੇ ਦੇ ਵਿੱਚ ਜਿਹੜੇ ਸਰ ਪਹਿਲਾਂ ਕੋਵਿਡ ਕੇਅਰ ਸੈਂਟਰ ਸੀਗੇ ਬੰਦ ਕਰਦੇ ਕਿਉਂਕਿ ਅਸੀਂ ਸਾਰਿਆਂ ਨੂੰ ਹੋਮ ਆਈਸੋਲੇਟ ਕਰ ਰਹੇ ਹਾਂ ਉਹ ਕਨਸੈਪਟ ਜਿਹੜਾ ਉਹ ਇੰਨਾ ਇੰਪੋਰਟੈਂਟ ਨਹੀਂ ਰਹਿ ਗਿਆ ਕਿ ਜਿਹੜੇ ਲੋਕ ਸਿਮਟਮ ਨਿਕਲਦੇ ਨੇ ਏਸਿਮਟਮੈਟਿਕ ਨੇ ਜਾਂ ਮਿਨੀਮਮ ਸਿਮਟਮ ਨੇ ਉਹਨਾਂ ਨੂੰ ਘਰ ਹੀ ਹੋਮ ਆਈਸੋਲੇਟ ਕਰਕੇ ਉਹਨਾਂ ਨੂੰ ਸਾਰੀਆਂ ਸਿਹਤ ਸਿੱਖਿਆ ਦਿੱਤੀ ਜਾਂਦੀ ਹੈ ਲਿਟਰੇਚਰ ਦਿੱਤਾ ਜਾਂਦਾ ਨਾਲ ਹਾਊ ਟੂ ਮੈਨੇਜ ਇਹ ਚਲਾਨਿੰਗ ਦੀ ਜਿਹੜਾ ਕੰਮ ਹੈਗਾ ਇਹ ਪੁਲਿਸ ਕੋਲ ਇਨਫੋਰਸਮੈਂਟ ਕੋਲ ਹੈ ਉਹਨਾਂ ਦੇ ਧਿਆਨ 'ਚ ਹੈ ਸਾਰੀ ਗੱਲ ਠੀਕ ਹੈ ਪਿੱਛੇ ਜੀ ਅਸੀਂ ਇੱਕ ਮੀਟਿੰਗ ਵੀ ਕੀਤੀ ਹੈ ਸੀਪੀ ਸਰ ਦੇ ਧਿਆਨ 'ਚ ਟੈਸਟਿੰਗ ਸਰ ਸਾਡੀ 3000 ਦੇ ਉੱਤੇ ਹੋ ਰਹੀ ਹੈ ਇਸਲੇ ਹਾਂ ਅਤੇ ਹੋਪਫੁਲੀ ਇਹ ਆਪਾਂ ਹੋਰ ਵਧਾਵਾਂਗੇ ਕਿਉਂਕਿ ਲੋਕ ਆ ਨਹੀਂ ਰਹੇ ਲੋਕ ਵਲੰਟੀਅਰ ਨਹੀਂ ਕਰ ਰਹੇ ਦੇਰ ਇਜ਼ ਅ ਰਿਫਿਊਜ਼ਲ ਆਲਸੋ ਵੀ ਆਰ ਮੋਟੀਵੇਟਿੰਗ ਦਾ ਪੀਪਲ ਸਾਡੀ ICU ਵੈਨਸ ਆ ਰਹੀਆਂ ਵਿਦ LED ਉਹ ਅੱਜ ਮੇਰੇ ਖਿਆਲ ਮੋਸਟ ਲਾਈਕਲੀ ਪਹੁੰਚ ਜਾਣਗੀਆਂ ਅਤੇ ਉਹਦੇ ਥਰੂ ਅਸੀਂ ਲੋਕਾਂ ਨੂੰ ਜਾਗਰੂਕ ਕਰਾਂਗੇ ਸੁਚੇਤ ਵੀ ਕਰਾਂਗੇ ਸੈਂਪਲਿੰਗ ਕਿੰਨੀ ਜ਼ਰੂਰੀ ਹੈ ਹਾਊਸ ਟੂ ਹਾਊਸ ਸਰਵੇ ਕਿੰਨਾ ਜ਼ਰੂਰੀ ਹੈ ਅਤੇ ਉਹਦੇ ਨਾਲ ਡਾਕੂਮੈਂਟਰੀ ਫਿਲਮਸ ਵੀ ਬਣੀਆਂ ਨੇ ਤਾਂ ਜੋ ਲੋਕਾਂ ਨੂੰ ਵਿਜੂਅਲ ਇੰਪੈਕਟ ਜ਼ਿਆਦਾ ਹੁੰਦਾ ਕਈ ਵਾਰੀ ਅਸੀਂ ਭਾਸ਼ਣ ਦਿੰਦੇ ਹਾਂ ਸਮਝਾਉਂਦੇ ਹਾਂ ਹੈਲਥ ਐਜੂਕੇਸ਼ਨ ਦਿੰਦੇ ਹਾਂ ਉਹਦਾ ਇੰਨਾ ਅਸਰ ਨਹੀਂ ਹੁੰਦਾ ਜਿਹੜਾ ਵਿਜੂਅਲ ਦਾ ਅਸਰ ਹੁੰਦਾ ਦੇਖੋ ਜੀ ਜਿਹੜੇ ਕਿਸਾਨ ਉੱਥੇ ਜਾ ਰਹੇ ਨੇ ਉਹਨਾਂ ਨੂੰ ਮੇਰੇ ਵੱਲੋਂ ਇੱਕ ਸਲਾਹ ਹੈ ਉਹਨਾਂ ਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ ਨੱਕ ਮੂੰਹ ਦੁਆਲੇ ਸਾਫਾ ਲਪੇਟ ਕੇ ਰੱਖਣਾ ਚਾਹੀਦਾ ਤਾਂ ਜੋ ਉਹ ਇਸ ਬਿਮਾਰੀ ਤੋਂ ਬਚ ਸਕਣ ਕਿਉਂਕਿ ਇਸ ਬਿਮਾਰੀ ਦਾ ਜਿਹੜਾ ਜਦੋਂ ਤੱਕ ਵੈਕਸੀਨ ਨਹੀਂ ਆਉਂਦੀ ਮਾਸਕ ਸਾਡੇ ਇੱਕ ਵੈਕਸੀਨ ਹੈ ਜੇ ਅਸੀਂ ਮਾਸਕ ਪਾ ਕੇ ਰੱਖਾਂਗੇ ਤਾਂ ਇਹ ਬਿਮਾਰੀ ਤੋਂ ਬਚੇ ਰਹਾਂਗੇ ਬਿਊਰੋ ਰਿਪੋਰਟ ਲੁਧਿਆਣਾ ਟਾਈਮਸ ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰਨਾ ਨਾ ਭੁੱਲੋ।